It's your buddy, Honey Bobo. ਦੋਸਤੋ, ਜਿਵੇਂ ਤੁਸੀਂ ਜਾਣਦੇ ਹੋ ਕਿ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ 'ਤੇ ਇੱਕ ਨਵਾਂ ਟਰੈਂਡ ਚੱਲਿਆ ਸੀ। ਉਹ ਟਰੈਂਡ ਚਲਾਇਆ ਸੀ ਕੁਝ ਮੁੰਡਿਆਂ ਨੇ, ਜੋ ਕਿ ਖੁੱਲ੍ਹੀਆਂ ਪੈਂਟਾਂ ਪਾ ਕੇ ਪੁਰਾਣੇ ਪਹਿਰਾਵੇ ਨਾਲ ਸੋਸ਼ਲ ਮੀਡੀਆ 'ਤੇ ਕੁਝ ਵੀਡੀਓ ਬਣਾ ਕੇ ਸ਼ੇਅਰ ਕਰਦੇ ਸੀ, ਅਤੇ ਉਹਨਾਂ ਨੂੰ ਆਪਾਂ ਸਾਰੇ ਖੁੱਲ੍ਹੀਆਂ ਪੈਂਟਾਂ ਵਾਲੇ ਜਾਂ ਸੋਨੀ ਕਰੂ ਦੇ ਨਾਮ ਨਾਲ ਜਾਣਦੇ ਹਾਂ। ਅਤੇ ਦੋਸਤੋ, ਉਹ ਇੰਨੇ ਜ਼ਿਆਦਾ ਰਾਤੋ ਰਾਤ ਫੇਮਸ ਹੋ ਗਏ ਸੀ ਕਿ ਦਲਜੀਤ ਦੋਸਾਂਝ ਨੇ ਆਪਣੀ ਫਿਲਮ ਛੜਾ ਵਿੱਚ ਵੀ ਉਹਨੂੰ ਇੱਕ ਛੋਟਾ ਜਿਹਾ ਰੋਲ ਦਿੱਤਾ ਸੀ। ਪਰ ਦੋਸਤੋ, ਉਸ ਤੋਂ ਬਾਅਦ ਉਸ ਗਰੁੱਪ ਵਿੱਚ ਇੱਕ ਦਰਾੜ ਪੈਦਾ ਹੋ ਗਈ, ਅਤੇ ਦੱਸਿਆ ਜਾਂਦਾ ਕਿ ਉਹ ਦਰਾੜ ਪੈਦਾ ਹੋਈ ਸੀ ਪੈਸਿਆਂ ਕਾਰਨ। ਅਤੇ ਉਸ ਦਰਾੜ ਤੋਂ ਬਾਅਦ ਸੋਨੀ ਕਰੂ ਦਾ ਇੱਕ ਮੈਂਬਰ, ਜਿਸ ਨੂੰ ਗੁਰਪ੍ਰੀਤ ਸੋਨੀ ਕਹਿੰਦੇ ਆ, ਉਹ ਅਲੱਗ ਹੋ ਗਿਆ ਸੀ, ਅਤੇ ਉਸਦੇ ਬਾਕੀ ਮੈਂਬਰ ਇੱਕ ਸਾਈਡ ਹੋ ਗਏ ਸੀ। ਉਹਨਾਂ ਦਾ ਆਪਸ ਵਿੱਚ ਕਾਫ਼ੀ ਤਕਰਾਰ ਵੀ ਹੁੰਦਾ ਰਿਹਾ। ਅਤੇ ਦੋਸਤੋ, ਹੁਣ ਇਸ ਸਾਰੀ ਲੜਾਈ ਬਾਰੇ ਜਦੋਂ ਦਲਜੀਤ ਦੋਸਾਂਝ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਇਹ ਕਿਹਾ ਕਿ ਇਹ ਪੂਰੇ ਦਾ ਪੂਰਾ ਗਰੁੱਪ ਇਕੱਠਾ ਹੀ ਸੋਹਣਾ ਲੱਗਦਾ, ਜੇਕਰ ਇਹ ਇਕੱਠੇ ਹੋ ਜਾਣ ਤਾਂ ਬਹੁਤ ਹੀ ਵਧੀਆ ਗੱਲ ਆ, ਇਹ ਜ਼ਿਆਦਾ ਕਾਮਯਾਬ ਹੋ ਸਕਦੇ ਆ। ਅਤੇ ਇਸ ਦੇ ਨਾਲ ਦਲਜੀਤ ਦੋਸਾਂਝ ਨੇ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਕਿ ਸਾਡੇ ਵਿੱਚ ਅਕਸਰ ਹੀ ਛੋਟੀ ਮੋਟੀ ਲੜਾਈ ਤਾਂ ਹੁੰਦੀ ਰਹਿੰਦੀ ਆ, ਪਰ ਇੰਨੀ ਗੱਲ ਮਨ 'ਤੇ ਨਹੀਂ ਲਾਉਣੀ ਚਾਹੀਦੀ। ਸੋ ਇਹਨਾਂ ਨੂੰ ਚਾਹੀਦਾ ਕਿ ਇਹ ਸਾਰੇ ਇਕੱਠੇ ਹੋ ਜਾਣ। ਅਤੇ ਉਹਨਾਂ ਦੇ ਨਾਲ ਇਹ ਵੀ ਕਿਹਾ ਕਿ ਜਦੋਂ ਇਹ ਮੇਰੇ ਕੋਲ ਬੰਬੇ ਆਏ ਸੀ, ਮੈਨੂੰ ਇਹਨਾਂ ਦਾ ਪੂਰਾ ਗਰੁੱਪ ਬਹੁਤ ਵਧੀਆ ਲੱਗਿਆ ਸੀ। ਸੋ ਇਹਨਾਂ ਨੂੰ ਚਾਹੀਦਾ ਕਿ ਇਕੱਠੇ ਰਲ ਮਿਲ ਕੇ ਕੰਮ ਕਰਨ, ਅਤੇ ਇਹ ਬਹੁਤ ਜ਼ਿਆਦਾ ਕਾਮਯਾਬ ਹੋਣਗੇ। ਅਤੇ ਦਲਜੀਤ ਦੋਸਾਂਝ ਜੀ ਨੇ ਇਸੇ ਇੰਟਰਵਿਊ ਦੌਰਾਨ ਇਹ ਵੀ ਕਿਹਾ ਕਿ ਮੈਨੂੰ ਨਹੀਂ ਪਤਾ ਸੀ ਕਿ ਇਹਨਾਂ ਦੀ ਇੰਨੀ ਜਲਦੀ ਲੜਾਈ ਹੋਊਗੀ, ਕਿਉਂਕਿ ਅਜੇ ਇਹਨਾਂ ਕੋਲ ਬਹੁਤ ਸਮਾਂ ਹੈ, ਇਹਨਾਂ ਨੂੰ ਇੰਨੀ ਜਲਦੀ ਨਹੀਂ ਲੜਨਾ ਚਾਹੀਦਾ। ਸੋ ਦੋਸਤੋ, ਇਹਨਾਂ ਦੀ ਲੜਾਈ ਭਾਵੇਂ ਕਿਸੇ ਵੀ ਕਾਰਨ ਕਰਕੇ ਹੋਈ ਹੋਵੇ, ਪਰ ਜਿਵੇਂ ਦਲਜੀਤ ਦੋਸਾਂਝ ਜੀ ਨੇ ਕਿਹਾ ਕਿ ਇਹ ਪੂਰਾ ਗਰੁੱਪ ਹੀ ਵਧੀਆ ਲੱਗਦਾ, ਇਹਨਾਂ ਨੂੰ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ, ਕਿਉਂਕਿ ਜੇਕਰ ਇਹ ਇੱਕ ਟੀਮ ਬਣ ਕੇ ਕੰਮ ਕਰਨਗੇ ਤਾਂ ਇਹ ਜ਼ਰੂਰ ਹੀ ਕਾਮਯਾਬ ਹੋਣਗੇ। ਸੋ ਦੋਸਤੋ, ਆਪਾਂ ਕਹਿ ਸਕਦੇ ਹਾਂ ਕਿ ਸੋਨੀ ਕਰੂ ਦੀ ਪੂਰੀ ਟੀਮ ਨੂੰ ਇਕੱਠੇ ਹੋਣਾ ਚਾਹੀਦਾ। ਸੋ ਆਪਾਂ ਵਾਹਿਗੁਰੂ ਜੀ ਅੱਗੇ ਅਰਦਾਸ ਵੀ ਕਰਾਂਗੇ ਕਿ ਪੂਰੀ ਦੀ ਪੂਰੀ ਟੀਮ ਇਕੱਠੀ ਹੋ ਜਾਏ, ਅਤੇ ਫਿਰ ਦੁਬਾਰਾ ਜਿਵੇਂ ਉਹ ਪਹਿਲਾਂ ਇੰਟਰਟੇਨਮੈਂਟ ਕਰਦੇ ਸੀ, ਵਧੀਆ ਵਧੀਆ ਵੀਡੀਓ ਬਣਾਉਂਦੇ ਸੀ, ਉਸੇ ਤਰ੍ਹਾਂ ਵੀਡੀਓ ਬਣਾਉਣ, ਅਤੇ ਵਾਹਿਗੁਰੂ ਜੀ ਇਹਨਾਂ ਨੂੰ ਤਰੱਕੀ ਬਖਸ਼ਣ। ਬਾਕੀ ਦੋਸਤੋ, ਤੁਸੀਂ ਇਸ ਵੀਡੀਓ ਦੇ ਹੇਠਾਂ ਕਮੈਂਟਾਂ ਵਿੱਚ ਆਪਣੀ ਰਾਏ ਜ਼ਰੂਰ ਦਿਓ ਕਿ ਤੁਹਾਨੂੰ ਕੀ ਲੱਗਦਾ ਕਿ ਕਿਸ ਕਾਰਨ ਇਹਨਾਂ ਦੀ ਟੀਮ ਵਿੱਚ ਫਰਕ ਪਿਆ, ਕਿਉਂ ਦਰਾੜ ਆਈ। ਤੁਸੀਂ ਆਪਣੀ ਰਾਏ ਇਸ ਵੀਡੀਓ ਦੇ ਹੇਠਾਂ ਕਮੈਂਟਾਂ ਵਿੱਚ ਜ਼ਰੂਰ ਦੇਣੀ ਆ। ਅਤੇ ਦੋਸਤੋ, ਜੇ ਤੁਹਾਨੂੰ ਵੀਡੀਓ ਵਧੀਆ ਲੱਗੀ, ਤੁਸੀਂ ਸੋਨੀ ਕਰੂ ਦੇ ਫੈਨ ਆ, ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰੋ, ਅਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਵੀ ਸ਼ੇਅਰ ਕਰ ਦਿਓ, ਤਾਂ ਜੋ ਉਹ ਵੀ ਇਸ ਨਿਊਜ਼ ਬਾਰੇ ਜਾਣ ਸਕਣ। ਅਤੇ ਦੋਸਤੋ, ਅੰਤ ਵਿੱਚ ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਕਿ ਹੋਰ ਅਪਡੇਟਸ ਲਈ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ, ਅਤੇ ਨਾਲ ਆ ਰਹੇ ਬੈਲ ਦੇ ਬਟਨ 'ਤੇ ਕਲਿੱਕ ਕਰ ਦਿਓ, ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਸੋ ਜੀ, ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ। ਸਤਿ ਸ਼੍ਰੀ ਅਕਾਲ ਜੀ।